ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਨਾਲ ਤੁਲਨਾ ਜਿਹੜੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੀਤੀ ਹੈ, ਉਹ ਬਹੁਤ ਹੀ ਘਿਨਾਉਣੀ ਹਰਕਤ ਕੀਤੀ ਗਈ ਹੈ। ਜੇ ਉਹ ਕਹਿੰਦੇ ਕਿ ਇਹ ਵੀਡੀਓ ਐਡੀਟਡ ਹੈਗਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੁਰੰਤ ਇਹਦੇ ਵਿੱਚ ਇੰਟਰਵੀਨ ਕਰਨਾ ਚਾਹੀਦਾ। ਜੇ ਇਹ ਵੀਡੀਓ ਓਰਿਜਨਲ ਹੈਗਾ, ਕੋਈ ਇਹਦੇ 'ਚ ਐਡੀਟਿੰਗ ਨਹੀਂ ਹੈਗੀ, ਫਿਰ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਉਹ ਇਹ ਮੰਤਰੀ ਨੂੰ ਅਤੇ ਜਿਹੜੇ ਇਹਦੇ ਨਾਲ ਉੱਥੇ ਹੈਗੇ ਉਹਨਾਂ ਨੂੰ ਦੇਣੀ ਬਣਦੀ। ਪਿਛਲੇ ਦਿਨੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ, ਜਿਸ 'ਚ ਦੱਸਿਆ ਜਾ ਰਿਹਾ ਸੀ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਪਰ ਸੁਖਜਿੰਦਰ ਰੰਧਾਵਾ ਨੇ ਇਸ ਤੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਇਹ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਰੰਧਾਵਾ ਨੇ ਇਸ ਮਾਮਲੇ ਤੇ ਇੱਕ ਨਿੱਜੀ ਚੈਨਲ ਦੇ ਖਿਲਾਫ ਗੁਰਦਾਸਪੁਰ ਦੇ SSP ਨੂੰ ਸ਼ਿਕਾਇਤ ਦਰਜ ਕਰਵਾਈ ਹੈ, ਪਰ ਹੁਣ ਇਹ ਮਾਮਲਾ ਗਰਮਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਮਾਮਲੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਸੁਖਜਿੰਦਰ ਰੰਧਾਵਾ ਦੀ ਵਾਇਰਲ ਵੀਡੀਓ ਬਾਰੇ ਉਹ ਜਾਂਚ ਕਰਵਾਉਣਗੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਾਰਵਾਈ ਕਰਨ ਲਈ ਅਪੀਲ ਕਰਨਗੇ। ਬਿਲਕੁਲ ਜੀ, ਉਹ ਦੇਖੋ ਬਹੁਤ ਹੀ ਮੰਦਭਾਗੀ ਹੈ, ਬਹੁਤ ਨਿੰਦਣਯੋਗ ਹੈ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਨਾਲ ਤੁਲਨਾ ਜਿਹੜੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੀਤੀ ਹੈ, ਉਹ ਬਹੁਤ ਹੀ ਘਿਨਾਉਣੀ ਹਰਕਤ ਕੀਤੀ ਗਈ ਹੈ। ਔਰ ਉਹਨਾਂ ਦੀ ਹਰਕਤ ਲਈ ਅਸੀਂ ਇਹ ਵੀ ਜੇ ਜੋ ਉਹਦੀ ਵੀਡੀਓ ਆਈ ਹੈ ਔਰ ਉਹਨੂੰ ਵੀਡੀਓ ਨੂੰ ਦੇਖ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਅਸੀਂ ਅਪਰੋਚ ਕਰਾਂਗੇ। ਇਸ ਮਾਮਲੇ ਦੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਸੁਖਜਿੰਦਰ ਰੰਧਾਵਾ ਨੂੰ ਘੇਰਿਆ ਹੈ। ਬੈਂਸ ਨੇ ਕਿਹਾ ਹੈ ਕਿ ਰੰਧਾਵਾ ਤੋਂ ਇਹ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਅਜਿਹਾ ਕਰਨਗੇ। ਉਮੀਦ ਨਹੀਂ ਸੀ ਸੁਖਜਿੰਦਰ ਰੰਧਾਵਾ ਜੀ ਇੱਦਾਂ ਦੀ ਮਾੜੀ ਹਰਕਤ, ਕਿਸੇ ਦੀ ਤੁਲਨਾ ਗੁਰੂ ਨਾਨਕ ਸਾਹਿਬ ਦੀ ਪ੍ਰਤਿਮਾ ਗੁਰੂ ਨਾਨਕ ਸਾਹਿਬ ਦੇ ਨਾਲ ਕਰਨਗੇ। ਗੁਰੂ ਨਾਨਕ ਸਾਹਿਬ ਵਰਗੇ, ਬੜਾ ਅਫਸੋਸ ਹੋਇਆ ਇਹ ਉਹਨਾਂ ਦਾ ਵੀਡੀਓ ਦੇਖ ਕੇ ਸੁਣ ਕੇ। ਜੇ ਉਹ ਕਹਿੰਦੇ ਕਿ ਇਹ ਵੀਡੀਓ ਐਡੀਟਡ ਹੈਗਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੁਰੰਤ ਇਹਦੇ ਵਿੱਚ ਇੰਟਰਵੀਨ ਕਰਨਾ ਚਾਹੀਦਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਇਸ ਗੱਲ ਦੀ ਤਹਿਕੀਕਾਤ ਕਰਾਉਣ ਵੀ ਕੀ ਇਹ ਵੀਡੀਓ ਐਡੀਟਡ ਜਾਂ ਨਹੀਂ। ਜੇ ਇਹ ਵੀਡੀਓ ਓਰਿਜਨਲ ਹੈਗਾ, ਕੋਈ ਇਹਦੇ 'ਚ ਐਡੀਟਿੰਗ ਨਹੀਂ ਹੈਗੀ, ਫਿਰ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਉਹ ਇਹ ਮੰਤਰੀ ਨੂੰ ਅਤੇ ਜਿਹੜੇ ਇਹਦੇ ਨਾਲ ਉੱਥੇ ਹੈਗੇ ਉਹਨਾਂ ਨੂੰ ਦੇਣੀ ਬਣਦੀ ਹੈ। ਬੇਸ਼ੱਕ ਸੁਖਜਿੰਦਰ ਰੰਧਾਵਾ ਇਸ ਵੀਡੀਓ ਬਾਰੇ ਸਪਸ਼ਟੀਕਰਨ ਦੇ ਚੁੱਕੇ ਨੇ, ਫਿਰ ਵੀ ਵਿਰੋਧੀਆਂ ਵੱਲੋਂ ਰੰਧਾਵਾ ਦੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੁੱਦੇ ਤੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਲੁਧਿਆਣਾ ਤੋਂ ਰਜਿੰਦਰ ਰੋੜਾ ਦੀ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।